ਮਾਣ ਸਨਮਾਨ ਵੀ ਕਰਨਗੇ ਹਨਾ ਬਾਈ ਹੁਣੀ ਚੰਗਾ ਯਾਰ ਤੁਹਾਨੂੰ ਡੀਲ ਵੀ ਗਾਈਡ ਵੀ ਕਰਨਗੇ ਆਪਾਂ ਕਹਿ ਦਈਏ ਚੰਗੀ ਚੀਜ਼ ਦੇਣਗੇ ਮਾੜੀ ਨਹੀਂ ਦੇਣਗੇ ਤੇ ਇਸ ਤੋਂ ਬਾਅਦ ਬਾਈ 2017 ਮਾਡਲ ਆਈਸ਼ਰ 70-80 ਟਰੈਕਟਰ ਆਪਣੇ ਕੋਲ ਆ 70-80 ਟਰੈਕਟਰ ਆ ਹੁਣ ਤੁਹਾਨੂੰ ਟਰੈਕਟਰ ਪਿਆ 4,25,000 ਡਿਮਾਂਡ ਰੱਖੀ ਹੈ ਬਾਈ ਉਹਨਾਂ ਨੇ ਬਾਕੀ ਕਿਹੜਾ ਤੁਹਾਨੂੰ 21 ਮਾਡਲ ਆ ਗਿਆ ਇਹ 963 ਜਮਾ ਨਵਾਂ ਟਰੈਕਟਰ ਪਿਆ ਕਿਸੇ ਆਪਾਂ ਕਹਿ ਦਈਏ ਚਾਬੀ ਵੀ ਨਹੀਂ ਲੱਗੀ ਨਟ ਤੇ ਇੱਧਰ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣਾ ਦੇਖੋ ਪੰਪ ਪੰਪ ਕੁਛ ਵੀ ਨਹੀਂ ਖੁੱਲਿਆ ਯਾਰ ਕਿਤੇ ਆ ਦੇਖ ਲਓ ਸਾਰੇ ਪਾਸੇ ਜਮਾ 4x4 50-50 ਡੀ 16 ਮਾਡਲ ਚ 17 ਦੀ ਕਾਪੀ ਆ ਹਨਾ 16 ਮਾਡਲ ਆ 17 ਦੀ ਕਾਪੀ ਆ ਨਵਾਂ ਟਰੈਕਟਰ ਆ ਬਿਲਕੁਲ ਜੌਂਡੀਅਰ 50-50 ਡੀ 4x4 ਟਾਇਰ ਇਹਦੇ ਪਏ ਆ 70-80 ਪੈਸੇ ਆਪਾਂ ਕਹਿ ਦਈਏ ਫੈਵਰ ਰੂਫ ਇਹਦੇ ਲਾਈ ਪਈ ਆ ਭਾਈ ਤੇ 5-85 ਰੇਟ ਆ ਇਹ ਭਾਈ ਰੇਟ ਚ ਹੀ ਬਣ ਜੂ ਹਨਾ ਟਰੈਕਟਰ ਜੀ ਅਰਜਨ 605 ਨੋਵੋ ਡੀ ਆਈ ਇੱਥੇ ਆ ਦੇਖੋ 2018 ਮਾਡਲ ਹੈ ਜੀ 625 ਡਿਮਾਂਡ ਆ ਨਵਾਂ ਟਰੈਕਟਰ ਆ ਜਮਾਂ ਤੇ ਟਾਇਰਾਂ ਦੀ ਗੱਲ ਕਰੀਏ ਇਹਦੇ ਟਾਇਰ ਆਪਾਂ ਕਹਿ ਦਈਏ 80-85 ਪੈਸੇ ਪਏ ਆ ਬਾਈ ਹਨਾ 80-60 EPI RM60 EPI T20 ਨਵਾਂ ਟਰੈਕਟਰ ਆ ਅੱਛਾ 2020 ਮਾਡਲ ਆ ਗਿਆ ਬਾਈ ਬਾਲਾ ਸਾਫ ਪਿਆ ਹਨਾ ਇਹ ਗੱਲ ਬਿਲਕੁਲ ਮੰਨਣ ਯੋਗ ਆ 20 ਮਾਡਲ ਆ ਫਾਰਮ ਟਰੈਕ 60 T20 ਮਾਡਲ ਆ ਤੇ 4-15 ਰੇਟ ਲਿਖਿਆ 4 ਲੱਖ ਚ ਆਪਾਂ ਕਹਿ ਦਈਏ ਨਹੀਂ 20 ਮਾਡਲ ਟਰੈਕਟਰ ਕਿੱਥੇ ਮਿਲਦਾ ਹਨਾ ਆਪਾਂ ਕਹਿ ਦਈਏ ਜੀ ਬਿਲਕੁਲ ਇਹ ਇਧਰੋਂ ਸੁਣੋ ਹਾਂਜੀ ਵੀ ਸੱਜਣੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਸੱਜਣੋ ਅੱਜ ਤੁਹਾਡੇ ਲਈ ਬਹੁਤ ਘੈਂਟ ਘੈਂਟ ਦੇ ਧਮਾਕੇ ਲੈ ਗਏ ਆਪਾਂ ਕਹਿ ਦਈਏ ਹਨਾ ਤੇ ਅੱਜ ਆਪਾਂ ਖੜੇ ਹਾਂ ਜੀ ਫਤਿਹਾਬਾਦ ਆਪਣੇ ਭਰਾਵਾਂ ਕੋਲੇ ਜੋਸ਼ਾ ਟਰੈਕਟਰ ਸੇਲਸ ਪੱਕੇ ਵਾਲੇ ਭਰਾਵਾਂ ਕੋਲੇ ਆਪਣੇ ਕੋਲੇ ਬਾਈਕ ਗੋਲਸ਼ਨ ਬਾਈ ਮਨੀਸ਼ ਹੋਣੀ ਤੇ ਦੂਜੇ ਭਰਾ ਸਾਰੇ ਹਨਾ ਸੁਣੋ ਅੱਜ ਬਹੁਤ ਘੈਂਟ ਘੈਂਟ ਆਫਰ ਦੇਵਾਂਗੇ ਬਹੁਤ ਘੈਂਟ ਘੈਂਟ ਲਈ ਆ ਜਾਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਭਰਾ ਜਿਹੜੇ ਨਵੇਂ ਆਏ ਪੇਜ ਨੂੰ ਕਰ ਲਓ ਫੋਲੋ ਯੂਟਿਊਬ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆ ਜਾਓ ਅੱਗੇ ਤੁਹਾਨੂੰ ਦਿਖਾਉਣੇ ਟਰੈਕਟਰਾਂ ਦਾ ਆਪਾਂ ਕਹਿ ਦਈਏ ਸਭ ਤੋਂ ਵੱਡਾ ਥੋਕ ਆ ਇਹ ਜੇ ਪੰਜਾਬ 'ਚ ਚੰਗੇ ਤੋਂ ਚੰਗਾ ਟਰੈਕਟਰ ਜੇ ਵਪਾਰੀ ਜਾਂ ਕੋਈ ਹੋਰ ਲੈ ਕੇ ਜਾਂਦਾ ਤਾਂ ਉਹ ਆਹਾ ਗਾੜਾ ਸਭ ਤੋਂ ਵੱਧ ਜਿਹੜਾ ਵੱਡਾ ਗਾੜਾ ਵੀ ਇੱਕੋ ਟਰੈਕਟਰ ਹੋ ਕੇ ਨਵਾਂ ਆਪਾਂ ਕਹਿ ਦਈਏ ਫੇਰ ਅੱਗੇ ਜਾਂਦਾ ਤੇ ਫੇਰ ਆਪਣੇ ਪੰਜਾਬੀ ਭਰਾ ਕਹਿੰਦੇ ਵੀ ਹਾਂ ਯਾਰ ਟਰੈਕਟਰ ਵਾਕਈ ਨਵਾਂ ਹਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਇਓ ਤੁਹਾਨੂੰ ਦਿਖਾਉਣੇ ਆ ਟਰੈਕਟਰਾਂ ਦਾ ਥੋਕ ਮਾਣ ਸਨਮਾਨ ਵੀ ਕਰਨਗੇ ਹਨਾ ਬਾਈ ਹੁਣੀ ਚੰਗਾ ਯਾਰ ਤੁਹਾਨੂੰ ਡੀਲ ਵੀ ਗਾਈਡ ਵੀ ਕਰਨਗੇ ਆਪਾਂ ਕਹਿ ਦਈਏ ਚੰਗੀ ਚੀਜ਼ ਦੇਣਗੇ ਮਾੜੀ ਨਹੀਂ ਦੇਣਗੇ ਤੇ ਇਸ ਤੋਂ ਬਾਅਦ ਬਾਈ ਜੀ ਕਿਹੜਾ ਟਰੈਕਟਰ ਆ ਗਿਆ ਆਪਣੇ ਕੋਲੇ 2017 ਮਾਡਲ ਆਈਸ਼ਰ 70-80 ਟਰੈਕਟਰ ਆਪਣੇ ਕੋਲੇ ਆ 70-80 ਟਰੈਕਟਰ ਆ ਹੁਣ ਤੁਹਾਨੂੰ ਦਿਖਾਵਾਂਗੇ ਤਾਂ ਆਪਾਂ ਕਹਿ ਦਈਏ 10-12 ਟਰੈਕਟਰ ਹੀ ਹਨਾ ਬਾਈ ਕਿਉਂ ਬਾਹਲੀ ਵੱਡੀ ਵੀਡੀਓ ਬਣ ਜੂਗੀ ਫਿਰ ਆਪਾਂ ਕਹਿ ਦਈਏ ਹਨਾ ਜਿਹੜਾ ਮਰਜ਼ੀ ਯਾਰ ਤੁਸੀਂ ਟਰੈਕਟਰ ਲੈਣਾ ਬੰਦਿਆਂ ਨਾਲ ਇੱਕ ਵਾਰੀ ਗੱਲ ਕਰ ਲਓ ਇੱਥੋਂ ਖਾਲੀ ਨਹੀਂ ਮੁੜੋਗੇ ਚਾਹੇ ਤੁਸੀਂ ਗੱਲ ਕਰਕੇ ਇੱਕ ਵਾਰੀ ਚਾਹੇ ਆ ਜਾਓ ਤਾਂ ਸੰਡੇ ਸੁੰਡੇ ਨੂੰ ਵੀ ਬੰਦ ਨਹੀਂ ਹੁੰਦਾ ਓਪਨ ਹੀ ਆ ਸਾਰਾ ਕੰਮ ਜਦੋਂ ਮਰਜ਼ੀ ਆ ਜਾਓ ਇੱਥੇ ਮੈਂ ਕਹਿਣਾ ਤੇ 17 ਰਹਿਣ ਦੀ ਵੀ ਬੱਲੇ ਬੱਲੇ ਬਾਈ ਰਹਿਣ ਦਾ ਵੀ ਦੂਰੋਂ ਕਿਉਂ ਦੂਰੋਂ ਬਾਹਲੇ ਆਉਂਦੇ ਆ ਬਾਈ ਭਰਾ ਹੁਣ ਜਿਵੇਂ ਆਨੰਦਪੁਰੋਂ ਬੰਦਾ ਤੁਰਿਆ ਤਾਂ ਦੂਰ ਫਿਰ ਔਖਾ ਹੋ ਜਾਂਦਾ ਬਾਈ ਹਨਾ 400-500 ਕਿਲੋਮੀਟਰ ਤੋਂ ਬੰਦਾ ਆਉਂਦਾ ਇਹ ਆ ਗਿਆ ਜੀ ਆਈਸ਼ਰ 485 ਮੂਹਰਲੇ ਟਾਇਰ ਇਹਦੇ ਬਿਲਕੁਲ ਨਵੇਂ ਆ ਮਗਰਲੇ ਟਾਇਰ ਇਹਦੇ 70-80 ਪੈਸੇ ਪਏ ਆਪਾਂ ਕਹਿ ਦਈਏ ਤੇ ਹਾਂ ਬਿਲਕੁਲ ਨਵਾਂ ਟਰੈਕਟਰ ਪਿਆ 4,25,000 ਡਿਮਾਂਡ ਰੱਖੀ ਹੈ ਬਾਈ ਉਹਨਾਂ ਨੇ ਬਾਕੀ ਮੈਂ ਕਿਹੜਾ ਤੁਹਾਨੂੰ ਮੋਟਾ ਮੋਟਾ ਸੀ ਦੱਸਣਾ ਸਾਰਾ ਠੀਕ ਹੈ ਬਿਲਕੁਲ ਬਾਕੀ ਸਾਰੀ ਬਾਕੀ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਲਿਓ ਰਾਬਤਾ ਕਾਇਮ ਕਰ ਲਿਓ ਸਾਈਡ ਗੇਅਰ 'ਚ ਆ ਗਿਆ ਠੀਕ ਹੈ ਪਾਵਰ ਸਟੀਅਰਿੰਗ ਆ 485 ਇਹ ਬਾਈ ਹੋਰਸ ਪਾਵਰ ਕਿੰਨੇ ਆ ਇਹ 45 ਹੋਊਗਾ ਇਹ ਹਨਾ 47 ਹੋਰਸ ਪਾਵਰ ਬਾਈ 47 ਹੋਰਸ ਪਾਵਰ ਟਰੈਕਟਰ ਹੈ ਜੀ ਆਈਸ਼ਰ 485 ਇਸ ਤੋਂ ਬਾਅਦ ਬਾਈ ਜੀ ਆ ਗਿਆ ਕਿਹੜਾ ਆਪਣਾ ਆ ਜੌਂਡੀਅਰ ਵੀ ਆਪਣੀ ਆ ਜੌਂਡੀਅਰ 53 ਦਾ 8 ਮਾਡਲ ਆ ਕਿਵੇਂ ਬਾਈ ਅੱਛਾ ਕਾਲਾ ਹਾਂ ਕਾਲੇ ਢਿੱਡ ਵਾਲਾ ਇਹਦੀ ਡਿਮਾਂਡ ਬਹੁਤ ਆ ਬਾਈ ਕਹਿੰਦਾ ਕਾਲੀ ਬਾਡੀ ਚ ਕਹਿੰਦਾ ਬਾਈ ਨੇ ਮੈਨੂੰ ਸਮਝ ਨਹੀਂ ਆਇਆ ਰਹਿਣੇ ਵਾਲੀ ਚ ਕਾਲੇ ਢਿੱਡ ਵਾਲਾ ਭਾਈ ਜਿਹੜੇ ਮੈਨੂੰ ਕਾਲੇ ਢਿੱਡ ਵਾਲਾ ਕਮੈਂਟਾਂ ਚ ਫੋਨ ਵੀ ਜਾਂ ਮੈਸੇਜ ਵੀ ਕਰਦੇ ਆ ਭਰਾ ਵੀ ਕਾਲੇ ਢਿੱਡ ਵਾਲਾ ਸਾਨੂੰ ਜੌਂਡੀਅਰ ਚਾਹੀਦਾ 8 ਮਾਡਲ ਕਿਉਂਕਿ ਹੁਣ ਸੀਜ਼ਨ ਤੋਂ ਪਹਿਲਾਂ ਬਹੁਤ ਟਰੈਕਟਰ ਵੇਚ ਗਏ ਜੌਂਡੀਅਰ ਬਹੁਤ ਘੱਟ ਮਿਲ ਰਿਹਾ ਕਾਲੇ ਢਿੱਡ ਵਾਲਾ ਆਪਾਂ ਕਹਿ ਦਈਏ ਬੰਦਿਆਂ ਨੇ ਪਹਿਲੀਆਂ 'ਚ ਹੀ ਲੈ ਲਏ ਜਿਨ੍ਹਾਂ ਨੇ ਲੈਣੇ ਬਾਈ ਤੂੜੀ ਵਾਲੀ ਮਸ਼ੀਨ 'ਤੇ ਬਹੁਤ ਚੜਾਉਂਦੇ ਉਹਨੂੰ ਜਾਂ ਵੱਡੀ ਮਸ਼ੀਨ 'ਤੇ ਉੱਥੇ ਬਹੁਤ ਚੜਾਉਂਦੇ ਆ ਹਨਾ ਆਪਣੇ ਪੰਜਾਬ ਦੇ ਏਰੀਏ ਦੀ ਗੱਲ ਹਾਂ ਤੇਲ ਖਰਚਾ ਘੱਟ ਹੈ ਇਹਦਾ ਹੈਗਾ ਫਰਕ ਤਾਂ ਹੀ ਉਹ ਕਾਲੇ ਢਿੱਡ ਵਾਲਾ ਜ਼ਿਆਦਾ ਪਸੰਦ ਕਰਦੇ ਆ 53 8 ਮਾਡਲ ਮੂਹਰਲੇ ਟਾਇਰ ਜਮਾਂ ਤਾਜ਼ੇ ਆਹ ਦੇਖ ਲਓ ਅਜੇ ਤੱਕ ਮੁਣਮੁਣੀਆਂ ਵੀ ਨਹੀਂ ਲੱਗੀਆਂ ਜਮਾਂ ਤਾਜ਼ੇ ਟਾਇਰ ਆ ਮਗਰਲੇ ਟਾਇਰ ਜ਼ਰੂਰ ਇਹਦੇ ਘੱਟ ਆਪਾਂ ਕਹਿ ਦਈਏ 30 ਪੈਸੇ ਮਗਰਲੇ ਟਾਇਰ ਕੰਮ ਇਹ ਵੀ ਦੇਣਗੇ ਆਪਾਂ ਕਹਿ ਦਈਏ ਹਨਾ 53-10 ਜੌਂਡੀਅਰ 8 ਮਾਡਲ 4-25 ਰੇਟ ਆ ਬਾਕੀ ਤੁਸੀਂ ਗੱਲ ਕਰ ਲਿਓ ਬਾਈ ਹੁਣਾਂ ਨਾਲ ਇਸ ਤੋਂ ਬਾਅਦ ਇੰਡੋ ਫਾਰਮ 30-35
ਆ ਗਿਆ ਇਹਦੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਮੂਹਰਲੇ ਟਾਇਰ ਵੀ ਇਹਦੇ 60-70 ਪੈਸੇ ਪਏ ਆ ਤੇ ਮਗਰਲੇ ਟਾਇਰ ਤੇ ਇਹਦੇ 85-90 ਪੈਸੇ ਪਏ ਆ 30-35 ਵਾਲਾ ਗਾ ਡਬਲ ਕਲੱਚ ਮਾਡਲ ਕਿੰਨਾ ਬਾਈ ਜੀ ਇਹ 13 ਮਾਡਲ 290 ਬਾਈ ਜੀ ਉਹਨਾਂ ਨੇ ਡਿਮਾਂਡ ਕਰੀ ਆ ਟਰੈਕਟਰ ਦੀ ਇਧਰੋਂ ਨਾ ਧੁੱਪ ਪਈ ਜਾਂਦੀ ਥੋੜੀ ਜਿਹੀ ਕੰਡੀਸ਼ਨ ਤਾਂ ਤੁਹਾਨੂੰ ਇੱਥੋਂ ਕੌਣ ਸਹੀ ਦਿਸ ਰਹੀ ਹੋਊਗੀ ਇੰਡੋ ਫਾਰਮਾ ਗਾ ਤੇ ਦੇਖ ਸਕਦੇ ਹੋ ਤੁਸੀਂ ਤੇ ਉਧਰ ਹੋਰ ਵੀ ਟਰੈਕਟਰ ਬਹੁਤ ਆ ਬਾਈ ਹੁਣਾਂ ਕੋਲੇ ਯਾਰ ਦਿਖਾਉਂਦਾ ਬੰਦਾ ਥੱਕ ਜੇ ਊਂ ਵੀ ਦੇਖਦੇ ਥੱਕ ਜਾਂਦਾ ਮਨੀਸ਼ ਬਾਈ ਹਨਾ ਜੇ ਆਪਾਂ ਗੱਲ ਕਰੀਏ ਸੋਨਾ ਲਿਕਾ ਆ ਗਿਆ ਇਹ 50 ਵਾਲਾ ਬਾਈ ਜੀ ਤੇ ਟਰੈਕਟਰ ਜਿਹੜੇ ਆਪਣੇ ਨੰਬਰ ਹੋਣਗੇ ਬਾਈ ਇੱਥੇ HR ਜਾਂ ਰਾਜਸਥਾਨ ਨੰਬਰ ਹੀ ਹੋਊਗਾ ਰਾਜਸਥਾਨ HR ਪੰਜਾਬੀ ਆ ਜਾਂਦਾ ਹਨਾ ਬਾਕੀ ਟਰੈਕਟਰ ਇੱਥੇ ਜਿਹੜਾ ਉੱਚੇ ਮਾਡਲ ਆ ਜ਼ਿਆਦਾਤਰ ਹਨਾ ਜੇ ਪੁਰਾਣੇ ਵਾਲਾ ਨਾਮ ਜ਼ਰੂਰ ਹੁੰਦੇ ਆ ਬਾਈ ਹਨਾ ਤੇ ਕਾਗਜ਼ ਪੱਤਰਾਂ ਦੀ ਬਾਈ ਜੀ ਗਾਰੰਟੀ ਪੂਰੀ 1 ਨੰਬਰ ਦੀ 1 ਨੰਬਰ ਦੀ ਕਾਗਜ਼ ਪੱਤਰਾਂ ਦੀ ਪੂਰੀ ਗਾਰੰਟੀ ਹੋ ਭਾਈ ਬੰਦਿਆਂ ਦੀ ਸੋਨਾ ਲਿਕਾ DI 750 ਗਾ ਇਹ ਮੱਡ ਗਾਰਡ ਵੀ ਇਹ ਲੱਗਿਆ ਤੇ ਟਾਇਰ ਇਹਦੇ ਜਮਾ ਤਾਜ਼ੇ ਆ ਬਾਈ ਚਾਰੇ ਹਨਾ ਮਾਡਲ ਕਿੰਨਾ ਆ ਗਿਆ ਬਾਈ ਇਹ 2019 ਮਾਡਲ ਫਿਰ ਤਾਂ ਜਮਾ ਨਵੇਂ ਟਰੈਕਟਰ ਪਿਆ ਆਪਾਂ ਕਹਿ ਦਈਏ 19 ਮਾਡਲ ਸਿਕੰਦਰ ਆ ਗਿਆ ਇਹ ਤੇ 50 ਵਾਲਾ ਦੇਖ ਸਕਦੇ ਹੋ ਤੁਸੀਂ 5,15,000 ਬਾਈ ਜੀ ਉਹਨਾਂ ਨੇ ਡਿਮਾਂਡ ਕਰੀ ਆ ਸੋਨਾ ਲਿਕਾ DI 50 ਵਾਲਾ ਕਿਤੋਂ ਖੁੱਲਿਆ ਵੀ ਨਹੀਂ ਟਰੈਕਟਰ ਯਾਰ ਜਮਾ ਨਵਾਂ ਟਰੈਕਟਰ ਪਿਆ ਤਾਜ਼ਾ ਟਰੈਕਟਰ ਜਮਾ ਦੇਖ ਸਕਦੇ ਹੋ ਟਾਇਰ ਵੀ ਜਮਾ ਨਵੇਂ ਪਏ ਆ ਇਹਦੇ ਤੇ ਉਧਰੋਂ ਤੁਹਾਨੂੰ ਦਿਖਾਉਣ ਲੱਗਦੇ ਆ ਦੂਜੇ ਪਾਸੇ ਵੀ ਟਰੈਕਟਰ ਆ ਦਿਖਾ ਦਈਏ ਬਾਈ 963 ਕੇ ਜਾਉਂਦੀ ਯਾਰ 963 ਆ ਗਿਆ ਬਾਈ ਹਨਾ ਇਹ ਮੂਰੇ ਟੈਂਕੀ ਵੀ ਲੱਗੀ ਯਾਰ ਮੈਂ ਕਹਿੰਦਾ 8-9,000 ਦੀ ਤਾਂ ਇਹ ਟੈਂਕੀ ਹੈਗੀ ਆਪਾਂ ਕਹਿ ਦਈਏ ਜੇ ਕਿਸੇ ਨੇ ਮਸ਼ੀਨ ਮਸ਼ੂਨ ਤੇ ਲਾਉਣਾ ਹੋਵੇ ਹਨਾ 21 ਮਾਡਲ ਆ ਜਮਾਂ ਨਵਾਂ ਟਰੈਕਟਰ ਬੰਦਾ ਵੀ ਨਾਲ ਬੈਠਾ ਸਾਡਾ ਖੁਸ਼ ਹੋ ਜਾਂਦਾ ਬੈਠਾ ਧਿਆਨ ਨਾਲ ਦੇਖੋ ਜ਼ੂਮ ਕਰ ਦਨੇ ਇਹਦੇ ਤੇ ਵੀ ਆਪਾਂ ਤੇ 21 ਮਾਡਲ ਆ ਗਿਆ ਇਹ 963 ਜਮਾਂ ਨਵਾਂ ਟਰੈਕਟਰ ਪਿਆ ਕਿਸੇ ਆਪਾਂ ਕਹਿ ਦਈਏ ਚਾਬੀ ਵੀ ਨਹੀਂ ਲੱਗੀ ਨਟ ਤੇ ਇੱਧਰ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣਾ ਦੇਖੋ ਪੰਪ ਕੁਛ ਵੀ ਨਹੀਂ ਖੁੱਲਿਆ ਯਾਰ ਕਿਤੇ ਆ ਦੇਖ ਲਓ ਸਾਰੇ ਪਾਸੇ ਜਮਾਂ ਨਵਾਂ ਟਰੈਕਟਰ ਪਿਆ ਆਪਾਂ ਕਹਿ ਦਈਏ ਬੰਦ ਸੀਲਾਂ 'ਚ ਦੇਖ ਸਕਦੇ ਹੋ ਕੋਈ ਪੰਪ ਨਹੀਂ ਖੁੱਲਿਆ ਇਹਦਾ ਵਧਾਇਆ ਹੁੰਦਾ ਐਡਵਾਂਸ ਐਡਵੂਸ ਕਰਿਆ ਹਨਾ ਆਪਾਂ ਕਹਿ ਦਈਏ ਆਹ ਇਕੱਲਾ ਨਾਟਾ ਬੰਪਰ ਸੀਗਾ ਇੱਥੇ ਪਹਿਲਾਂ ਲੰਬਾ ਇਹ ਬੰਪਰ ਦਾ ਨਾਟਾ ਆਹ ਤੇ ਆਹ ਇਕੱਲੀ ਪੈਪ ਜਾਂਦੀ ਹੈ ਟੈਂਕੀ ਨੂੰ ਆਪਾਂ ਕਹਿ ਦਈਏ ਜਦੋਂ ਤੇਲ ਘੱਟ ਜਾਂਦਾ ਟਰੈਕਟਰ 'ਚ ਹਨਾ ਤੇ ਨਵੇਂ ਟਾਇਰਾਂ 'ਚ ਆ ਬਿਲਕੁਲ ਇਹ ਨਵੇਂ ਟਾਇਰ ਆ 963 ਦੇ 21 ਮਾਡਲ ਟਰੈਕਟਰ ਆ 750 ਰੇਟ ਲਿਖਿਆ ਹੋਇਆ ਇਹਦੇ 'ਤੇ ਇਸ ਤੋਂ ਬਾਅਦ ਆ ਗਿਆ ਜੌਂਡੀਅਰ 4x4 50-50D 16 ਮਾਡਲ 'ਚ 17 ਦੀ ਕਾਪੀ ਆ ਹਨਾ 16 ਮਾਡਲ ਆ 17 ਦੀ ਕਾਪੀ ਆ ਨਵਾਂ ਟਰੈਕਟਰ ਆ ਬਿਲਕੁਲ ਜੌਂਡੀਅਰ 50-50D 4x4 ਟਾਇਰ ਇਹਦੇ ਪਏ ਆ 70-80 ਪੈਸੇ ਆਪਾਂ ਕਹਿ ਦਈਏ ਫੈਵਰ ਰੂਫ ਇਹਦੇ ਲਾਈ ਪਈ ਆ ਭਾਈ ਤੇ 5-85 ਰੇਟ ਆ ਇਹ ਬਾਈ ਰੇਟ 'ਚ ਹੀ ਬਣ ਜੂ ਹਨਾ ਟਰੈਕਟਰ ਇਹ ਰੇਟ 'ਚ ਹੀ ਬਣ ਜੂ 4x4 ਆ ਜੌਂਡੀਅਰ ਡਿਮਾਂਡ ਆ ਬਿਲਕੁਲ ਮੌਕੇ ਦੇ ਹੁੰਦੇ ਨੇ ਦੇਖ ਰੇ ਵਾਲਾ ਪੰਪ ਪੰਪ ਵਾਲੇ ਖਾਤਰ ਇਹਦੀ ਜ਼ਿਆਦਾ ਡਿਮਾਂਡ ਜ਼ਿਆਦਾ ਡਿਮਾਂਡ ਆ ਬਿਲਕੁਲ ਹਾਂ ਰੇ ਵਾਲਾ ਸਪਾਈਡਰ ਵਾਲਾ ਵੱਡੇ ਟਾਇਰ ਪਾ ਕੇ ਹਨਾ 4x4 ਭਾਲਦੇ ਬਿਲਕੁਲ ਜ਼ਿਆਦਾ ਉਹ ਆਪਾਂ ਕਰੀਏ ਪਹਿਲਾਂ ਛੋਟੇ ਟਰੈਕਟਰਾਂ ਦੇ ਚੱਲਿਆ ਸੀ ਬਾਈ ਹੁਣ ਤਾਂ ਵੱਡਿਆਂ ਦੀ ਆ ਗਿਆ ਹੁਣ ਤਾਂ ਵੱਡਾ ਇਹ ਟਰੈਕਟਰ ਦੀ ਉਸ ਪੰਪ ਤੇ ਬਾਹਲੀ ਡਿਮਾਂਡ ਆਪਾਂ ਕਹਿ ਦਈਏ ਬਾਈ ਉਹਨਾਂ ਨੇ ਵੀ ਦੱਸਤਾ 4x4 ਦੀ ਵੀ ਜਿਵੇਂ ਰੇ ਵਾਲਾ ਸਪਾਈਡਰ ਹੋ ਗਿਆ ਨਾ ਆਪਣਾ ਸਪਰੇਅ ਵਾਲਾ ਢੋਲ ਜਿਹੜਾ ਬਣਵਾ ਕੇ ਇਹਦੇ ਟਾਇਰ ਉਹ ਦੂਜੇ ਪੈ ਜਾਂਦੇ ਆ ਜਿਹੜੇ ਵੱਡੇ ਉਹ ਹਾਂ ਉਹਨਾਂ ਦੀ ਇਹਦੀ ਬਹੁਤ ਡਿਮਾਂਡ ਆ ਬਾਈ ਕਹਿੰਦਾ ਛੋਟਾ ਨਾਲੇ ਤਾਂ ਛੋਟੇ ਆ ਛੋਟਾ ਬਾਈ ਤੇ ਵੱਡੇ ਦਾ ਵੱਡਾ ਕੰਮ ਇਹ ਦਿੰਦਾ 60 horsepower ਜਿੰਨਾ ਕਿਉਂ 4x4 ਆ ਗਿਆ ਨਾ ਬਿਲਕੁਲ ਤਾਂ ਕਰਕੇ ਜਿੱਥੇ ਅੜ ਗਿਆ ਉੱਥੋਂ ਮੂਹਰੋਂ ਟਾਇਰ ਲਾ ਦੇ ਨਾਲ ਦੀ ਨਾਲ ਕੱਢ ਭਾਈ ਇਸ ਤੋਂ ਬਾਅਦ ਆ ਗਿਆ ਜੀ ਅਰਜਨ 605 ਨੋਵੋ DI ਇੱਥੇ ਆ ਦੇਖੋ 2018 ਮਾਡਲ ਹੈ ਜੀ 625 ਡਿਮਾਂਡ ਆ ਨਵਾਂ ਟਰੈਕਟਰ ਆ ਜਮਾਂ ਤੇ ਟਾਇਰਾਂ ਦੀ ਗੱਲ ਕਰੀਏ ਇਹਦੇ ਟਾਇਰ ਆਪਾਂ ਕਹਿ ਦਈਏ 80-85 ਪੈਸੇ ਪਏ ਆ ਬਾਈ ਹਨਾ 80-85 ਟਾਇਰ ਇਹਦੇ ਪਏ ਆ ਪੈਸੇ ਤੇ ਕੰਡੀਸ਼ਨ ਦੇਖ ਲਓ ਜਮਾਂ ਨਵਾਂ ਟਰੈਕਟਰ ਪਿਆ ਅਰਜਨ 605 ਬਾਈ ਉਹਨਾਂ ਕੋਲੇ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਆ ਇਹ ਪੰਜਾਬ ਨੰਬਰ ਆ ਗਿਆ PV51 ਵਿੱਚ ਟਰੈਕਟਰ ਜਿਹਨਾਂ ਦੇ ਨੰਬਰ ਪਲੇਟਾਂ ਲੱਗੀਆਂ ਪਤਾ ਲੱਗ ਜਾਂਦਾ PV ਹਨਾ ਪੰਜਾਬ ਨੰਬਰ ਆ ਗਿਆ ਵੀ ਇਸ ਤੋਂ ਬਾਅਦ ਆ ਗਿਆ ਫਾਰਮ ਟਰੈਕ 60 EPI ਫਾਰਮ 60 EPI T20 ਨਵਾਂ ਟਰੈਕਟਰ ਅੱਛਾ 2020 ਮਾਡਲ ਆ ਗਿਆ ਬਾਈ ਬਾਹਲਾ ਸਾਫ ਪਿਆ ਹਨਾ ਇਹ ਗੱਲ ਬਿਲਕੁਲ ਮੰਨਣ ਯੋਗ ਆ 20 ਮਾਡਲ ਆ ਫਾਰਮ ਟਰੈਕ 60 T20 ਕਰ ਲੈਂਦਾ ਨਾ ਉਹ ਖੜਾ ਰੱਖਿਆ ਸ਼ੌਪ ਨੇ ਅੱਛਾ ਉਹਨਾਂ ਨੇ ਕਰੀ ਬਾਹਰ ਜਾ ਰਹੇ ਆ ਹਾਂ ਘੋੜਾ ਗੇਅਰ ਆ ਗਿਆ ਬਾਈ ਇਹ ਕਿ ਬਿਨਾ ਇਹ ਦੇਖਿਓ ਮਾੜਾ ਘੋੜਾ ਗੇਅਰ ਚ ਆ ਗਏ ਕਾਹਦੇ ਚ ਇਹ ਹੈਗਾ ਘੋੜੇ ਗੇਅਰ ਆ T20 ਆ ਗਿਆ ਇਹ ਘੋੜੇ ਗੇਅਰ ਚ ਆ ਗਿਆ ਇਹ ਦੇਖ ਸਕਦੇ ਹੋ T20 ਬਿਲਕੁਲ ਸੁਪਰ ਮੈਕਸ ਆ ਗਿਆ ਦੇਖ ਸਕਦੇ ਹੋ ਕੰਡੀਸ਼ਨ ਦੇਖੋ ਟਰੈਕਟਰ ਦੀ ਬੜਾ ਸਾਫ ਪਿਆ ਯਾਰ
ਇਧਰੋਂ ਆ ਦੇਖੋ ਪੰਪ ਦੀ ਕੰਡੀਸ਼ਨ ਕਿਸੇ ਪਾਸੇ ਚਾਬੀ ਵੀ ਨਹੀਂ ਲੱਗੀ ਟਰੈਕਟਰ ਨੂੰ ਤੁਹਾਨੂੰ ਸਾਫ ਸੁਥਰਾ ਟਰੈਕਟਰ ਮਿਲੂਗਾ ਇੱਥੇ ਜੇ ਆਪਾਂ ਕਹਿ ਦਈਏ ਹਨਾ ਵੀ ਰੇਟ ਲਿਖਣ ਨੂੰ ਕੁਛ ਲਿਖਿਆ ਹੋਵੇ ਪਰ ਮੌਕੇ ਤੇ ਹੁੰਦੀ ਹੁੰਦੀ ਹੈ ਜਿਹੜੀ ਗੱਲਬਾਤ ਹੁੰਦੀ ਹੈ ਸਾਰੀ ਹਾਂ 2012 ਮਾਡਲ ਹੈਗਾ ਇਸ ਤੋਂ ਬਾਅਦ 60 ਇਹ ਆ ਗਿਆ 375 ਇਹਦਾ ਰੇਟ ਉਹਦਾ ਰੇਟ ਕਿੰਨਾ ਬਾਈ ਉਹਦਾ ਰੇਟ ਰਹਿ ਗਿਆ ਆਪਣਾ ਦੱਸਣ ਵਾਲਾ ਕਿੰਨਾ 675 ਇਹਦਾ T20 ਵਾਲੇ ਦਾ 675 ਰੇਟ ਆ ਇਹਦਾ 375 ਆ 60 ਵਾਲੇ ਦਾ 16 ਵਾਲੇ ਟਾਇਰ ਆ ਇਹਦੇ ਤੇ ਮੂਹਰਲੇ ਟਾਇਰਾਂ ਦੀ ਕੰਡੀਸ਼ਨ ਦੀ ਇਹਦੀ ਗੱਲ ਕਰੀਏ 70 ਪੈਸੇ ਪਏ ਆ ਇਹਦੇ ਇਹ ਮਾਡਲ ਕਿੰਨਾ ਗਿਆ 13 ਕਿ 12 ਬਾਈ 12 ਮਾਡਲ 12 ਮਾਡਲ ਹੈ ਜੀ ਇਹ ਕੰਡੀਸ਼ਨ ਤੁਸੀਂ ਹਾਂ ਬਿਲਕੁਲ ਦੇਖ ਸਕਦੇ ਸਾਡੇ ਵੀ ਡਿਮਾਂਡ ਬਹੁਤ ਜ਼ਿਆਦਾ ਹੋਈ ਪਈ ਆ ਜੀ ਹਾਂ ਇੰਡੋ ਫਾਰਮ ਹੋ ਗਿਆ ਸਟੈਂਡਰਡ ਹੋ ਗਿਆ ਵਾਲੇ ਭਰਾ ਫੋਨ ਕਰਦੇ ਆ ਕਮੈਂਟਾਂ ਚ ਹੁਣ ਸੀਜ਼ਨ ਆ ਗਿਆ ਨਾ ਬਾਈ ਸੀਜ਼ਨ ਆ ਗਿਆ ਤੂੜੀ ਦਾ ਆਉਣਾ ਬਿਲਕੁਲ ਵੱਡੇ ਟਰਾਲੇ ਖਿੱਚਦੇ ਆ ਇਹ ਜ਼ਿਆਦਾਤਰ ਆਪਾਂ ਕਹਿ ਦਈਏ ਹਾਂ ਬਿਲਕੁਲ 30-35 ਵਾਲਾ ਇਹ ਇੰਡੋ ਫਾਰਮ ਆ ਫਾਈਬਰ ਰੂਫ ਲੱਗੀ ਹੈ ਕੰਪਨੀ ਦੇ ਨਾਲ ਦੀ ਇਹਦੇ ਸਾਈਡ ਗੇਅਰ ਚ ਆ ਠੀਕ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ 20 ਮਾਡਲ ਆ ਤੇ 4-15 ਰੇਟ ਲਿਖਿਆ 4 ਲੱਖ ਚ ਆਪਾਂ ਕਹਿ ਦਈਏ ਨਹੀਂ 20 ਮਾਡਲ ਟਰੈਕਟਰ ਕਿੱਥੇ ਮਿਲਦਾ ਹਨਾ ਆਪਾਂ ਕਹਿ ਦਈਏ ਜੀ ਬਿਲਕੁਲ ਇਹ ਇਧਰੋਂ ਤੁਹਾਨੂੰ ਆਪਾਂ ਉਧਰ ਖੜੇ ਆ ਬਾਈ ਹਨਾ ਬਾਹਲੀ ਲੰਬੀ ਹੋ ਜੂ ਮੈਂ ਕਹਿੰਦਾ ਉਧਰ ਵੀਡੀਓ ਵੱਢ ਨਾ ਕੱਢ ਲਈਏ ਬਾਹਲੀ ਲੰਬੀ ਹੋ ਜੂਗੀ ਵੀਡੀਓ ਸੱਜਣੋ ਇਹ ਸਾਰੀ ਵੀਡੀਓ ਸੀ ਨਾ ਤੁਹਾਨੂੰ ਟਰੈਕਟਰ ਦਿਖਾ ਤੇ ਆਪਾਂ $15 ਦਾ ਦਿਖਾਈ ਦਿੱਤੇ ਬਾਈ ਆਹ ਆ ਗਿਆ ਇੱਕ ਨਾ ਫਾਰਮ ਟਰੈਕ EPI ਇਹ ਆ ਗਿਆ ਫਾਰਮ ਟਰੈਕ 60 EPI ਸੱਜਣੋ 15 ਮਾਡਲ ਆ ਤੇ ਟਾਇਰ ਜਮਾਂ ਨਵੇਂ ਤਾਜ਼ੇ ਟਾਇਰ ਆ ਜਮਾਂ ਬਿਲਕੁਲ ਨਵੇਂ ਆਪਾਂ ਕਹਿ ਦਈਏ ਪਾਵਰ ਸਟੀਅਰਿੰਗ ਚ ਫਾਰਮ ਟਰੈਕ 60 EPI 15 ਮਾਡਲ ਆ ਕੰਡੀਸ਼ਨ ਦਿਖਾ ਦਿੰਦਾ ਮੈਂ ਤੁਹਾਨੂੰ ਟਰੈਕਟਰ ਦੀ ਯਾਰ ਕਿਤੇ ਨਟ ਨੂੰ ਨਾ ਚਾਬੀ ਵੀ ਨਹੀਂ ਲੱਗੀ ਲੈ ਧਿਆਨ ਨਾਲ ਦੇਖ ਦੇ ਕਿਤੇ ਚਾਬੀ ਨਹੀਂ ਲੱਗੀ ਨਟ ਨੂੰ ਸਾਰਾ ਕੁਛ ਨਾਲ ਦਾ ਟਰੈਕਟਰ ਦੇ ਜਿਵੇਂ ਹੁੰਦਾ ਹਨਾ ਆਪਾਂ ਕਹਿ ਦਈਏ ਨਵੇਂ ਟਾਇਰ ਆ ਮੱਡ ਗਾਟਾਂ ਦੀ ਮੈਂ ਤੁਹਾਨੂੰ ਕੰਡੀਸ਼ਨ ਦਿਖਾਉਣ ਨਾਲ ਕਿਤੇ ਜੰਗਾਲ ਨਹੀਂ ਭੋਰਾ ਵੀ ਜਮਾਂ ਸਾਫ ਆ ਦੇਖ ਲਓ ਹੁੱਕ ਦੇਖ ਲਓ ਕਿੰਨੀ ਘਸੀ ਆ 15 ਮਾਡਲ ਦੀ ਇੱਕ ਕਿੱਲੀਆਂ ਵਾਲੀ ਹੁੱਕ ਆ ਤੇ ਲੈਂਕਾਂ ਵੀ ਇਹਦੇ ਦੂਜੀਆਂ ਕਿੱਲੀਆਂ ਵਾਲੀਆਂ ਆਪਾਂ ਕਹਿ ਦਈਏ ਰੂਟਾਵੀਟਰ ਤੇ ਬਹੁਤ ਕਾਮਯਾਬ ਆ ਗਈਆਂ ਅੱਜ ਕੱਲ੍ਹ ਇਹ ਤੇ ਬਾਈ ਉਹਨਾਂ ਦਾ ਮੈਂ ਤੁਹਾਨੂੰ ਐਡਰੈਸ ਦੱਸ ਦਿੰਦਾ 224 ਨੰਬਰ ਦੁਕਾਨ ਆ ਜੋਸਨ ਸੇਲ ਐਂਡ ਪਰਚੇਜ਼ ਤੇ ਬਾਈ ਮਨੀਸ਼ ਆ ਗਏ ਮਨੀਸ਼ ਬਾਈ ਆਪਣਾ ਇੱਕ ਵਾਰੀ ਸਾਰਾ ਬਾਇਓਡਾਟਾ ਬੋਲ ਦਿਓ ਨਾਮ ਐਡਰੈਸ ਸਾਰਾ ਦੱਸ ਦਿਓ ਜਿਹਨਾਂ ਨੰਬਰ ਜੋਸਨ ਸੇਲ ਪਰਚੇਜ਼ ਹਾਂ ਫਤਿਹਾਬਾਦ ਮੰਡੀ ਬਿਲਕੁਲ ਹਰਿਆਣਾ ਗੇਟ ਤੋਂ ਐਂਟਰ ਕਰਾਂਗੇ ਮੰਡੀ 'ਚ ਹਾਂ ਤੇ ਆਪਣੀ 224 ਨੰਬਰ ਦੁਕਾਨ ਆ ਪੋਸਟ ਰੱਖਾਂ ਜੀ ਬਾਈ ਦਾ ਆਪਣਾ ਬਿਲਕੁਲ ਤੇ ਨਿਊਲੈਂਡ ਏਜੰਸੀ ਦੇ ਨਾਲ ਹਾਂ ਨਿਊਲੈਂਡ ਏਜੰਸੀ ਦੇ ਨਾਲ ਆ ਇੱਧਰ ਤੇ ਇੱਥੇ ਸਾਰੇ ਭਾਂਤਰੇ ਤੁਹਾਨੂੰ ਟਰੈਕਟਰ ਮਿਲਣਗੇ ਬਾਈ ਹੁਣੇ ਕੋਲੇ ਜਿਹੜਾ ਮਰਜ਼ੀ ਲੈ ਲਿਓ ਤੁਸੀਂ ਮੈਂ ਕਹਿਣਾ ਤੇ ਮਨੀਸ਼ ਬਾਈ ਕੰਟੈਕਟ ਨੰਬਰ ਜ਼ਰੂਰ ਬੋਲ ਦੇ ਆਪਣਾ 913-812-7100 ਵਟਸਐਪ ਤੇ ਕਾਲ ਕਰ ਸਕਦੇ ਹੋ ਬਾਕੀ ਬਾਈ ਗੁਲਸ਼ਨ ਉਹਨਾਂ ਦੇ ਵੀ ਨੰਬਰ ਇੱਥੇ ਸਕਰੀਨ ਤੇ ਵੀ ਮੈਂ ਦੇ ਦੂੰ ਇੱਧਰ ਵੀ ਚੈੱਕ ਕਰ ਸਕਦੇ ਹੋ ਤੁਸੀਂ ਆ ਬਾਈ ਹੁਣੇ ਰਵੀ ਦੇ ਵੀ ਰਾਮਨ ਸ਼ਰਮੇ ਦਾ ਵੀ ਬਾਈ ਦਾ ਨੰਬਰ ਆ ਇਹ ਹਾਂ ਆ ਇੱਧਰ ਆ ਰਵੀ ਬਾਈ ਆ ਇਹ 24 ਘੰਟੇ ਬਾਈ ਦੁਕਾਨ ਤੇ ਮਿਲੂਗਾ ਰਵੀ ਬਾਈ ਮਾੜਾ ਜਿਹਾ ਹੱਥ ਚੱਕਿਓ ਇੱਧਰ ਕਿਰਾਂ ਆਹਾਂ ਬੰਦਾ ਬਾਈ ਤੁਹਾਨੂੰ 24 ਘੰਟੇ ਦੁਕਾਨ ਤੇ ਮਿਲੂਗਾ ਸੌਦੇ ਸੁਦੇ ਕਰ ਇੱਥੇ ਇਹ ਸਪੈਸ਼ਲ ਇੱਥੋਂ ਵਾਲਾ ਬੰਦਾ ਆਪਾਂ ਕਹਿ ਦਈਏ ਬਾਈ ਰਵੀ ਆਪਣਾ ਤੇ ਮਿਲਣਾ ਕਾਊਂਟਰ ਤੇ ਮੇਨ ਬੰਦਾ ਬਿਲਕੁਲ ਬਾਈ ਬਿਲਕੁਲ ਭਰਾਵਾਂ ਦੇ ਪਿਆਰ ਨਾਲ ਬਿਲਕੁਲ ਤੇ ਇਹ ਵੀਡੀਓ ਤੁਹਾਨੂੰ ਸੱਜਣੋ ਮੈਂ ਤੁਹਾਨੂੰ ਸਾਰੀ ਗੱਲਬਾਤ ਬਾਈ ਉਹਨਾਂ ਨਾਲ ਵੀ ਕਰਾਤੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਜਿਹੜੇ ਭਰਾ ਪੇਜ ਤੇ ਨਵੇਂ ਆਏ ਆ ਪੇਜ ਨੂੰ ਕਰ ਲਓ ਫੋਲੋ ਤੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਮੇਰਾ ਭਰਾ ਜਿਉਂਦੇ ਵਸਦੇ ਰਹੋ ਧੰਨਵਾਦ ਜੀ।